जेज़ बीर माहीम असल अल्लाह प्या हबीब हज मोहम्मद मुताफ़ा सल वसम ने बबरक और खूबसूरत के ना तो अज ने इस दिन और खूबसूरत जय बिलाग ने हैं सारे से पहले तय खूबसूरत मौसम पेड़ों पर दसी पेड़ा परंव इतना खूबसूरत मौसम है जिसका कोई अंदाजा नहीं आ कल गुरुमी आने से सुबह टाइम लकड़ियां अंदर रखी क्योंकि डिफ्टी में दूरने किस यूज नहीं बहाल मैं उन्हें साझा नहीं कि अब लकड़ी अंदर रखी होने थोड़ी जी आया कि ਬੁੰਨੇ ਸਾਡ ਜੰਗਲਾਂ ਤੋਂ ਨਹੀਂ ਆਈਆਂ ਵੈਸੇ ਘਰੇਣ ਗਿਆ ਪਿੱਛੇ ਧੀਆਂ ਆਈਆਂ ਜੰਗਲਾਂ ਦੀ ਸੋਚ ਨਹੀਂ ਆਉਂਦੀ ਕਿ ਪਿਆਸਾ ਅੰਬ ਅਬਾਂ ਬੂਟਾ ਡਾਉਂਕ ਪਿਆ ਸੀ ਤੇ ਉਸ ਨੂੰ ਲੱਗਣੀ ਕਾਫੀ ਜ਼ਿਆਦਾ ਸੀ ਆਣ ਸਕੇ ਉਹ ਚਾਈ ਨੇ ਅੰਦਰ ਰੱਖੀ ਹੋਈਆਂ ਤਾਂ ਕੱਲ ਮੈਂ ਨਹੀਂ ਹੰਦੀਆਂ ਤੇ ਮੈਂ ਸਵੇਰਾ ਰੱਖੀ ਹੁਸਾਂ ਸਵੇਰਾ ਉੱਠਿਆ ਨਿੱਕੀ ਨਿੱਕੀ ਬਾਹਰ ਲੈ ਕੇ ਮੈਂ ਹੁਣ ਕੰਮ ਰੋਲੇ ਲਾਈਆ ਹੁਣ ਪੈਸੀ ਰੋਲਾ ਮੈਂ ਫਿਰ ਸਵੇਰਾ ਇਹ ਸੋਚਿਆ ਕਿ ਜੁਲਦੇ ਹਾਂ ਨੀਚੇ ਤਾਂ ਲੱਕੜੀਆਂ ਜਿਹੜੀਆਂ ਉਚਾਈ ਨੇ ਬੇਨਾ ਬਰਾਏ ਨਾ ਚੈਨ ਚੁਲ ਸਬਸਕ੍ਰਾਈਬ ਕਰੀ ਗਿਨੇ ਆ ਵੀਡੀਓ ਸੇ ਸ਼ੇਅਰ ਮਾਰੇ ਗਿਨੇ ਆ ਅੱਜ ਨਵਾਂ ਵਿਲਾਅ ਸ਼ੁਰ ਸਾਰੇ ਸੇ ਪਹਿਲਾ ਕੰਮ ਆ ਜੀ ਆ ਸੀ ਕਿ ਬਣੂ ਲੱਕੜੀਆਂ ਨਹੀਂ ਆ ਮੂਸਾ ਜੀ ਇਕੱਲੇ ਸ਼ਾਮਿਲ ਕਰਸਾਂ ਕਿਉਂਕਿ ਅਸਲ ਵਿੱਚ ਜੇ ਕਲਾ ਬੰਦਾ ਆ ਜੇ ਦਾ ਅਗਰ ਸਟੈਂਡ ਵਾਲਾ ਘਰ ਹੋਣਾ ਉਸਨੇ ਸਾਹਬ ਨੇ ਘਰ ਪਿਆ ਵਾ ਜੇ ਅਗਰ ਘਰ ਹੋਣਾ ਨਾ ਤਾਂ ਫਿਰ ਆ ਕੇ ਸਟੈਂਡ ਲਾਇਦ ਫੰਗੀ ਮੈਂ ਤਕਰੀਬਨ ਬਸ ਸਾਰਾ ਵੀਊ ਦਸਾਏ ਸਾਰੇ ਸ਼ਾਰਟ ਵੀ ਚੱਕ ਰਾਂ ਅਸ਼ਨੇ ਜਾਣੇ ਨੇ ਬਹਰ ਆ ਕੇ ਸਟੈਂਡ ਉੱਤੇ ਪਿਆ ਵਾ ਤਾਂ ਕੱਲਿਆਂ ਜਾਸਾਂ ਤੁਸੀਂ ਪਤਾ ਕੈਮਰਾ ਫਰਮਾੜੇ ਤੇ ਜੋ ਸੀ ਤਾਂ ਗੁਰਾ ਰੱਖੀ ਨਾ ਲੱਕੜੀਆਂ ਚਾਹੀਆਂ ਸੰਸਾਂ ਫਿਰ ਤੁਹਾਨੂੰ ਕਿਉਂ ਬਲਾਗ ਦਸਾਂ ਬਰਾ ਨੀਚੇ ਜੁਲੇ ਆ ਉਸਤੇ ਪਹਿਲੇ ਨੇ ਬਣਾ ਬਰਾ ਚੈਨ ਜੁਲੇ ਸਬਸਕ੍ਰਾਈਬ ਕਰੀ ਨਾ ਕਿ ਜਿਹੜੀ ਮੌਸਮ ਸਾਰ ਰਾਤੀ بارش ਹੋ ਜੀ ਤਨੀ ਮਰਦੀ ਵੈ ਕਿਉਂਕਿ ਹੁਣ ਸਰਦੀ ਲਾਉਣ ਵੀ ਦੇ ਜਿਹੜਾ بارش ਕੋਣੀ ਹੋਣੀ ਸੀ ਤਾਂ ਅਸਾਂ ਨੇ ਸਹੀ ਯਾਲਾ ਪਾਕ بارش ਵੈ بارش ਵੈ بارش ਵੈ ਹੁਣ ਤਕਰੀਬਨ ਦੋ ਦਿਹਾੜੇ ਵਿੱਚ ਨਿੰਬਰ ਰਿਹਾ ਤਾਂ ਬਾਕੀ ਤਕਰੀਬਨ ਸਮਝੀ ਨਾ ਚਾਰ ਪੰਜ ਦਿਹਾੜੇ ਹੋ ਗਏ ਹਫਤਾ ਹੋਣਾ ਪਿਆ ਜੀ ਪੂਰਾ ਟੋਟਲੀ ਬਾਈ ਲਾਈ ਦਾ بارش ਆ ਗਈ ਥੋੜੀ ਥੋੜੀ ਹੋਣੀ ਆ ਬਾਰਾ ਸਰਦੀ ਵੀ ਕਾਫੀ ਜ਼ਿਆਦਾ ਹੀ ਆ ਨੀਚੇ ਜੁਸਾਂ ਲੱਗਣੇ ਕਿਹੜੀਆਂ ਆਂਦੀਆਂ ਸਿਰਫ ਅਹੀ ਜਸਾਂ ਸਾਰੇ ਪਿਆਣਾ ਪਰਵਾ ਕੀ ਮਾੜੇ ਤਰਫ ਆਜਣੇ ਵੀ ਲੱਗ ਗਈ ਖੁਸ਼ ਆਮਦੀਦ ਪਰ ਉਹ ਕੋਲ ਪੁੱਛੀ ਆ ਆਪਣੇ ਮੰਦਰੇ ਮਖਬੂਤ ਪਰ ਥੂ ਲਕੜੀਆਂ ਹਲੇ ਬਰਣੀਆਂ ਦਾ ਕਾਰ ਚੋਣੀਆਂ ਤਾਂ ਫਿਰ ਨਸਨੇ ਵਾਲਾ ਕੰਮ ਕਰਨਾ ਸਾਂ ਠੀਕ ਹੈ ਜਲਦੀ ਜਲਦੀ ਤੇ ਲਕੜੀਆਂ ਬਨਾ ਤਾ ਫੇਰ ਨਿਕਲਣਾ ਪਰ ਹੋਰ ਕੋਈ ਲੋਕ ਨਹੀਂ ਜਾਣ ਕੇ ਨਹੀਂ ਆ ਤਾ ਹੁਣ ਤੇ ਪਤਾ ਨਹੀਂ ਕਿ ਨਹੀਂ ਕਿ ਬਾਰਿਸ਼ ਲਈ ਵੀ ਤੇ ਜਾਰੀ ਹੈ ਫਿਰ ਮੈਂ ਆਪਣੇ ਕੰਮ ਕਾਜ ਵੀ ਮੁਕਾਣੇ ਪੈਣੇ ਆ ਹੁਣ ਭੱਜਿਆ ਲੂੰਗਣੇ ਆ ਲੌਂਗ ਜਾਣੀ ਦਾ ਫਿਰ ਥੋੜੀ ਦੇਰ ਕਰ ਰਿਹਾ ਰੈਸਟ ਕੋਈ ਗੱਲ ਨਹੀਂ ਬੜਾ ਚੱਲਣਾ ਸੀ ਜਨ ਅਸ਼ਨਾ ਪਿਆ ਗਿਆ ਅਸਾਂ ਬੜੇ ਜੁਨੀ ਕੱਪੀ ਰਹੇ ਹਾਂ ਇਹ ਬਾਅਦ ਤੱਕ ਹੀ ਸਕਨੇ ਤੁਸੀਂ ਅਜੇ ਨਹੀਂ ਪੱਕੇ ਨਹੀਂ ਜੀ ਆਵਲੰਦਾਰ ਆਵਲੰਦਾਰ ਹੱਥ ਤੇ ਇਹ ਆਵਲੰਦਾਰ ਉਹਨਾਂ ਨੇ ਪਰੋਠੀ ਖਾ ਚਲੋ Bỏ tay nó Sắp tí cho được bậc kỳ nhé Sắp tí cho được bậc kỳ nhé Sắp tí cho được thấy जीता भे कम काज मकाए थे तकरीबन या टेम होता दहाड़ी ने बारिश चली पिया लगी पियालें बलें बार तकरीबन बोर पुन पिया पैया उम्मीद यही है कि अभी जी बारिश गुजरती सारी तकने क्या बनना मोर माशा चक्कर बारिश बारिश बच बिलाव बनना पनी पड़ी पल लियां सवेरे नहीं हूँ कनिया थोड़ी थोड़ी तेज हो गई उम्मीद य है कि अलग तुफानी बारिश होनी थी उस तरीके से बारिश नहीं ली पड़े लेकिन इन शाला ਕਿ بارش ਸਹੀ ਹੋਤੀ ਅੱਜ ਇੱਕ ਵਾਰ ਵੈਸੇ ਵੀ بارش ਚਾਹੀਦੀ ਨਹੀਂ ਥੱਕਣ ਕਾ ਗਈ ਦੁਬਾਇਆ ਕਿ ਥੋੜੀ ਗਰਮੀ ਜ਼ੋਰ ਪੂਣੀ ਪਈ ਉਸਨੇ ਉਸਤ ਦੋਵੇਂ ਮਾਮਲੇ ਥੋੜੇ ਬਿਹਤਰ ਹੋ ਗਏ ਮਾੜਾ ਥੋੜੀ ਜ਼ੋਰ ਤੇਜ਼ ਹੋ ਗਈ ਅਰ ਕੰਸ਼ ਕਾਂ ਜਿਹੜੀ ਨਹੀਂ بارش ਨਹੀਂ ਹੋਈ ਸੀ ਮੈਂ ਥੋੜਾ ਜਿਹਾ بارش ਚੱਕ ਰਾਨੇ ਆ ਅਫਤਿ ਬਾਦ ਫਿਰ ਮਿਲਦੇ ਆ ਪੇਣਾ ਬ੍ਰਾ ਕਾਫੀ ਟਾਈਮ ਗੁਜ਼ਰਨ ਸੇ ਬਾਅਦ ਅੱਜ ਤੁਸਾਣਾ ਪਾਪਾ ਫੇਰ ਇੱਕ ਵਾਰ ਬਾਰਸ਼ਾਂ ਦੀ ਵੀਡੀਓ ਬਣਾ ਰਿਹਾ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਂ ਬਾਰਸ਼ਾਂ ਦੀ ਕੋਈ ਵੀਡੀਓ ਨਹੀਂ ਬਣਾਈ ਸੀ ਮੈਂ ਆਸ ਬਾਰਸ਼ਾਂ ਦੀ ਵੀਡੀਓ ਬਣਾਸਾਂ ਤੇ ਪੇਣਾ ਪ੍ਰਾਂ ਕੀ ਦਸਾਂ ਗਰਮੀ ਦਾ ਬਾਰਸ਼ਾਂ ਦੀ ਵੀਡੀਓ ਬਣਾਣਾ ਥੋੜਾ ਸੁਹਾਵਣਾ ਬੰਦਾ ਬਾਰਸ਼ੇ ਫਿਰ ਟੁਰੇਗੀ ਨਾ ਸਰਦੀਆਂ ਸੀ ਨੇ ਬੜਾ ਹੌਕਮ ਆ ਬਾਰਸ਼ਾਂ ਦੀ ਵੀਡੀਓ ਬਣਾਣਾ ਹੁਣੇ ਅੱਗੇ ਥੋੜੀ ਥੋੜੀ ਤੇਜ਼ ਹੋਏਗੀ بارش ਥੋੜੇ ਜਿਹਾ ਬਾਰਸ਼ਾਂ ਦੇ ਸੀਨ ਪਹਿਲੇ ਚੱਕ ਰਾਇ ਤੇ ਉਮੀਦ ਆ ਕਰਸਾਂ ਕਿ ਜਿਹੜਾ ਵੀਰਾਂ ਨੂੰ ਪਸੰਦ ਆ ਸੀ ਵਾਇਰਲ ਬਣ ਸੀ ਸਾਰਾ ਕਾਰ ਹੀ ਮ ਪਾਰ ਦਿੜਾ ਤੋਂ ਗਏ ਸੀ ਕੱਲ ਵੀਡੀਓ ਰਿਲੀਜ਼ ਸ਼ਾਦੀ ਨਹੀਂ ਪਟਵਾਰਾਂ ਲੱਗਣ ਵੀਡੀਓ ਮਾਰੇ ਡਰੋਨ ਨਹੀਂ ਬਣਤੀ ਪਈ ਬਹਰਾ ਲਿਆ ਕੇ ਮੈਂ ਲਾਈਕ ਹੁਣੀ ਆ ਮੈਂ ਚਲੋ ਅੱਜ ਪਹਿਣਾ ਪਰਾਂ ਕਿ ਦੱਸੀ ਹੋਣਾ ਕਿ ਬਾਰਸ਼ਾਂ ਜਿਹੜੀ ਲਈ ਵੀ ਨਾ ਇਹ ਕੋਈ ਚੀਜ਼ ਥੋੜੀ ਜੀਆਂ ਐਡ ਕਰੀ ਹੁੰਨੇ ਆ ਅਜਾਣਾ ਖੂਬਸੂਰਜੇ ਕਰਾਣਾ ਵਿਰਾਸਤ ਸੀ ਹੁੰਨੇ ਆ ਫਿਰ ਇਹ ਕਿ ਉਸਨੇ ਮੁਤਾਬਕ ਬਲੇ ਬਲੇ ਸੀਨ ਚ ਚੱਕਣਾ ਦੇਸਾਂ ਦੁਆ ਕਰੋ ਕਿ ਹੋਰ ਥੋੜੀ ਤੇਜ਼ ਹੋ ਜਾ ਕੰਕਸ਼ਨਾਂ ਜਿਹੜੀਆਂ ਸੁੱਕੀਆਂ ਹੋਣ ਥੋੜੀ ਥੋੜੀਆਂ ਇੱਕ ਦਫਾ ਫਿਰ ਚਾਣ ਜਾਣ ਹੁਣ ਤੱਕ ਨੇ ਜੀ ਬਾਰਸ਼ਾਂ ਨਾ ਮੇਰੇ ਮਾਛਤ ਤੁੰਗੀ ਦੱਸਨੇ ਆ ਉਫਤੀ ਬਾਦ ਕੀ ਬੰਨਾ ਹੈ ਬਹਰ ਲਿਆ ਕੇ ਚਾਹ ਚਾ ਪੀਤੀ ਆ ਹੁਣ ਜੁਲੇ ਆ ਥੋੜੀ ਦੇਰ ਰੈਸ਼ ਕਰ ਸਾਂ ਉਫਤੀ ਬਾਦ ਰੋਟੀ ਛੋਟੀ ਖਾਸਾਂ ਫਿਰ ਨਮਾਜ਼ੇ ਜ਼ੋਰ ਨਾ ਟੇਮ ਨਮਾਜ਼ ਪੜੀ ਤੇ ਜੇ ਅਗਰ ਬੱਦਲ ਖਲ ਹੀ ਜਾਂਦਾ ਫਿਰ ਅਗਲੀ ਸਟੋਰੀ ਦੱਸਿਆ ਸੀ ਜਿਹਦਾ ਬਣਾ ਪ੍ਰੋ ਪਾਪਾ ਸੋਣਾ ਬਿਸਰੇ ਜੇ ਜਾਂ ਬੜਿਆ ਵਾ ਤਾਂ ਸਟੋਰੀ ਇਹ ਹੀ ਆ ਕਿ ਬਾਹਰ ਲਈ ਵੀ ਬਾਰਿਸ਼ ਤੇ ਟੇਮ ਹੋਈ ਗਿਆ ਜੇ ਤਕਰੀਬਨ 2 ਨਾ ਬਾਰਿਸ਼ ਖੱਲੇ ਨਾ ਕਿੰਨੀ ਨਾ ਕੋਣੀ ਵੀ ਤੇ ਮੈਂ ਘਰ ਹੋਰ ਕਰਨਾ ਗਿਆ ਮੈਂ ਹ ਜਲਦੀ ਜਲਦੀ ਵੀਡੀਓ ਜਿਹੜੀ ਹੈ ਇਹਦੀ ਅਪਲੋਡ ਕਰੀ ਰਹਾ ਅੱਜ ਕੱਲ੍ਹ ਤੋਂ ਪਤਾ ਪੀਐਸਐਲ ਦੇ ਮੈਚਾਂ ਦਾ ਸੀਜ਼ਨ ਸ਼ੁਰੂ ਹੈ ਤੇ ਪੀਐਸਐਲ ਦੇ ਮੈਚ ਫਟਾਟ ਏ ਠੀਕ ਹੈ ਤੇ ਤੁਸਾਂ ਜ਼ਰੀ ਗਾਲੀ ਪੀਣਾ ਪਰਾ ਵੀਡੀਓ ਤੇ ਤਕਣੀਆਂ ਪੀਐਸਐਲ ਨੇ ਕਿੰਨੀਆਂ ਦਫਾ ਕਿ ਬੰਦੇ ਮੈਚੀ ਤਕਣੇ ਹੋਣੇ ਫਿਰ ਆ ਕੇ ਜਲਦੀ ਜਲਦੀ ਅਪਲੋਡ ਕਰੀ ਰਹਾ ਥਾਈ ਤੱਕ ਨੂੰ ਸੁ ਗੁੱਡਾ ਨਿਕਲ ਗਿਆ ਇਹ ਗੁੱਡਾ ਮਾਰੇ ਬਚਪਨ ਦੀ ਨਿਸ਼ਾਨੀ ਆ ਤੇ ਆ ਚਾੜਾ ਤੇ ਆ ਦੂ ਥੋੜਾ ਜਾਉਗੀ ਜਾਈਆ ਇਹਦੇ ਕਿਹਾ ਦੇ ਬਾਹਰ ਲਿਆ ਕੇ ਆ ਪਰ ਕਪੜੇ ਲਵਾਏ ਨੋ ਤੇ ਇਹ ਨਹੀਂ ਕਿ ਹੋਣੇ ਮੈਂ ਅੰਦਾਸਾ ਮਿਰਪੁਰੋਂ ਅੱਜ ਜੀ ਮਾਰੂ ਅਲਹਮਦੁਲਿਲਾ ਮਰੀ ਨਿਸ਼ਾਨੀ ਥਈ ਹੈ ਉਸ ਤੋਂ ਬਾਅਦ ਸਟੋਰੀ ਇਹ ਹੈ ਕਿ ਅਜਨੇ ਵਲਾਗਨ ਤੋਂ ਜਿਆਦਾ ਕਿਨੇ ਆ ਉਮੀਦ ਕਰਦਾ ਅਜਨੇ ਵੀਡੀਓ ਸੇ ਪਸੰਦ ਆਈ ਉਸ ਚੈਨਲ ਨੂੰ ਸਬਸਕ੍ਰਾਈਬ ਕਰੀ ਗਿਨੇ ਆ ਵੀਡੀਓ ਸ਼ੇਅਰ ਕਰੀ ਗਿਨੇ ਆ ਅਜਨੇ ਮੁਸਾ ਦੇ ਵਲਾਗ ਸੀ ਅਸਲ ਵਿੱਚ ਜੇ ਅਗਰ ਬਾਰਿਸ਼ ਨਾ ਹੋਣੀ ਤਾਂ ਫਿਰ ਦਾ ਕੁਰਾ ਗਿਆ ਪਛਾ ਨਿਕਣਾ ਹੋਏ ਬਾਰਿ ਲਈ ਵੀ ਨਾ ਜ਼ਿਆਦਾ ਬਾਰਿਸ਼ ਤੇਜ਼ ਦੀ ਤੇ ਨਾ ਬਾਰਿਸ਼ ਬਹੁਤ ਜ਼ਿਆਦਾ ਮੱਠੀ ਹੈ ਦਰਮਿਆਨ ਦੀ ਬਾਰਿਸ਼ ਲਈ ਵੀ ਹੁੰਦਾ ਕਰ ਹੈਗਾ ਹੁਣ ਕੰਮੇ ਕਰਨੇ ਅਗੇ ਇੱਥੇ ਬੈਠੇ ਹਾਂ ਵਾਨੀ ਨਾ ਵੀਡੀਓ ਐਂਡ ਕਰੀ ਹੁੰਨੇ ਆ ਕੱਲ ਮਿਲਸਾਂ ਅਗਲੀ ਵੀਡੀਓ ਵਿੱਚ ਅੱਲਾ ਸੁਣਨ ਵਾਲਾ